ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੀ ਸਾਰੀ ਸਰੋਤਿਆਂ ਨੂੰ ਜੀ ਆਇਆਂ ਨੂੰ ਹਾਂਜੀ ਨਹੀਂ ਚੱਲੇਗੀ ਨਿੱਕਰ ਕੈਪਰੀ ਪੂਰੇ ਕੱਪੜੇ ਪਾ ਕੇ ਆਓ ਥਾਣੇ ਪੁਲਿਸ ਨੇ ਜਾਰੀ ਕੀਤਾ ਨੋਟਿਸ ਵੱਡੀ ਖਬਰ ਆ ਚੁੱਕਿਆ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਮ ਤੇ ਵੀਡੀਓ ਨੂੰ ਹੱਦ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਪੰਜਾਬ ਦੇ ਵਿੱਚ ਜਲੰਧਰ ਦੇ ਥਾਣਿਆਂ ਦੇ ਬਾਹਰ ਕੁਝ ਵੱਖ-ਵੱਖ ਤਰ੍ਹਾਂ ਦੇ ਨੋਟਿਸ ਲਗਾਏ ਗਏ ਨੇ ਨਿੱਕਰ ਤੇ ਕੈਪਰੀ ਪਾ ਕੇ ਥਾਣਿਆਂ ਦੇ ਵਿੱਚ ਜਾਣ ਵਾਲਿਆਂ ਦੀ ਸੁਣਵਾਈ ਨਹੀਂ ਹੋਵੇਗੀ ਪੁਲਿਸ ਦਾ ਕਹਿਣਾ ਹੈ ਕਿ ਕਈ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਸੀ ਜਿਸ ਕਾਰਨ ਇਹ ਫੈਸਲਾ ਲਿਆ ਗਿਆ ਹੈ ਪੁਲਿਸ ਨੇ ਬਿਹੇਵੀ ਕਿਹਾ ਕਿ ਨੋਟੀਫਿਕੇਸ਼ਨ ਕਈ ਦਿਨ ਪਹਿਲਾਂ ਹੀ ਲਾਇਆ ਗਿਆ ਸੀ ਇਸ ਨੋਟਿਸ ਦੇ ਵਿੱਚ ਪੁਲਿਸ ਨੇ ਲੋਕਾਂ ਨੂੰ ਪੂਰੇ ਪੱਕੇ ਕੱਪੜੇ ਪਾ ਕੇ ਥਾਣੇ ਆਉਣ ਦੀ ਅਪੀਲ ਕੀਤੀ ਜਾਣਕਾਰੀ ਮੁਤਾਬਿਕ ਜਲੰਧਰ ਦੇ ਥਾਣਾ ਨੰਬਰ 4 ਦੇ ਇੱਕ ਪੋਸਟਰ ਲਾਇਆ ਗਿਆ ਸੀ ਇਸ ਪੋਸਟਰ ਤੇ ਸਪਸ਼ਟ ਅੱਖਰਾਂ ਚ ਲਿਖਿਆ ਗਿਆ ਸੀ ਕਿ ਨਿੱਕਰ ਅਤੇ ਕੈਪਰੀਜ਼ ਪਾ ਕੇ ਥਾਣੇ ਅੰਦਰ ਆਉਣ ਦੀ ਮਨਾਹੀ ਹੈ ਇਸ ਪੋਸਟਰ ਪੰਜਾਬੀ ਭਾਸ਼ਾ ਚ ਲਿਖਿਆ ਗਿਆ ਸੀ ਜਿਸ ਕਾਰਨ ਹਾਰ ਕਿਸੇ ਲਈ ਪੜਨਾ ਸਾਨ ਹੋ ਜਾਂਦਾ ਹੈ ਇਸ ਪੋਸਟਰ ਤੋਂ ਬਾਅਦ ਜਦੋਂ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਇਸ ਦਾ ਕਾਰਨ ਦੱਸਿਆ ਬਾਕੀ ਖਬਰ ਨੂੰ ਅੰਤ ਤੱਕ ਦੇਖਣੇ ਤੁਹਾਡਾ ਬਹੁਤ ਬਹੁਤ